ਇੱਥੇ ਲੋਕਾਂ ਦੀ ਲੋਕ ਜਿਸ ਗੱਲ ਦੇ ਲੋਕ ਸਹਿਮਤ ਨੇ 100% ਜਿਹੜੀ ਸਰਕਾਰ ਆ ਉਹਦੀ ਜਾਂਚ ਪੜਤਾਲ ਹੋਈ ਹੈ ਤੇ ਉਹ ਠੀਕ ਨੇ ਉਹ ਫੈਕਟਰੀ ਨੂੰ ਬੰਦ ਕਰ ਦਿੱਤਾ ਗਿਆ ਤੇ ਮਾਨ ਸਾਹਿਬ ਦਾ ਇਹ ਚੌੜੇ ਮੈਂ ਦਾ ਥੋੜਾ ਸਮਾਂ ਬਾਕੀ ਹੈ ਦੁਨੀਆ ਦੇ ਇਸਤਾਨ ਪੁੱਜਿਆ ਜਨੀਲ ਪੁੱਜਿਆ ਤਾਂ ਧਾਰ ਸਾਹਿਬ ਦੀ ਧਰਤੀ ਦਾ ਗੁਰੂ ਜੀ ਦਾ ਸਮਾਜ ਦਾ ਨੁਕਸਾਨ ਕਰ ਰਹੀ ਹੈ ਸਰਕਾਰੀ ਸਾਰੀ ਸੰਗਤ ਇਹਨਾਂ ਦੀ ਧਰਤੀ ਹੈ ਇੱਥੇ ਬਲੀ ਜਰਗਰ ਸਾਡਾ ਵੀਰ ਆਇਆ ਹੈ ਬਜ਼ੁਰਗਾਂ ਦਾ ਉਤਸ਼ਾਹ ਹੈ ਭਰਾ ਦਾ ਆਪਣੀ ਟੀਮ ਦੇ ਨਾਲ ਪੁੱਜੇ ਨੇ ਬਲੀ ਜਰਗਰ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਦਿੱਲੀ ਗ੍ਰਾਈਆਂ ਦੇ ਵਿੱਚੋਂ ਸਰਕਾਰ ਖੇਡਾਂ ਨੂੰ ਪ੍ਰਮੋਟ ਕਰਨ ਲਈ ਜਿਵੇਂ ਤੁਸੀਂ ਵੇਖਿਆ ਇਹ ਵੀ ਲੱਗੀ ਹੋਈ ਹੈ ਤੇ ਅੱਗੇ ਵੀ ਅਸੀਂ ਜਿੱਥੇ ਹੱਲਾਸ਼ੇਰੀ ਦੇਣੀ ਹੈ ਜੋ ਆਪਦਾ ਯੋਗਦਾਨ ਅਸੀਂ ਪਾ ਸਕਦੇ ਹਾਂ ਚਾਹੀਦਾ ਤੇ ਵੱਧ ਤੋਂ ਵੱਧ ਪੰਜਾਬ ਦਾ ਜਿਹੜਾ ਜੇ ਨਸ਼ਿਆਂ ਦੀ ਦਲਦਲ ਚੋਂ ਕੱਢਣਾ ਹੈ ਤੇ ਉਹਨਾਂ ਨੂੰ ਰੁਜ਼ਗਾਰ ਤੇ ਖੇਡਾਂ ਵੱਲ ਵੀ ਜੋੜਨਾ ਪੈਣਾ ਉਸ ਲਈ ਲੱਗੇ ਹੋਏ ਹਾਂ ਜੀਰੇ ਦੀ ਸ਼ਰਾਬ ਤਾਂ ਫੈਕਟਰੀ ਬੰਦ ਕਰ ਦਿੱਤੀ ਗਈ ਹੈ ਜਿੱਥੇ ਲੋਕਾਂ ਦਾ ਫਤਵਾ ਜਿੱਥੇ ਲੋਕਾਂ ਦੀ ਲੋਕ ਜਿਸ ਗੱਲ ਦੇ ਲੋਕ ਸਹਿਮਤ ਨੇ 100% ਜਿਹੜੀ ਸਰਕਾਰ ਆ ਉਹਦੀ ਜਾਂਚ ਪੜਤਾਲ ਹੋਈ ਇੱਥੇ ਲੋਕਾਂ ਦੀ ਲੋਕ ਜਿਸ ਗੱਲ ਦੇ ਲੋਕ ਸਹਿਮਤ ਨੇ 100% ਜਿਹੜੀ ਸਰਕਾਰ ਆ ਉਹਦੀ ਜਾਂਚ ਪੜਤਾਲ ਹੋਈ ਹੈ ਤੇ ਉਹ ਠੀਕ ਨੇ ਉਹ ਫੈਕਟਰੀ ਨੂੰ ਬੰਦ ਕਰ ਦਿੱਤਾ ਗਿਆ ਤੇ ਮਾਨ ਸਾਹਿਬ ਦਾ ਇਹ ਚੌੜੇ ਮੈਂ ਦਾ ਥੋੜਾ ਸਮਾਂ ਬਾਕੀ ਹੈ ਦੁਨੀਆ ਦੇ ਇਸਤਾਨ ਪੁੱਜਿਆ ਜਨੀਲ ਪੁੱਜਿਆ ਤਾਂ ਧਾਰ ਸਾਹਿਬ ਦੀ ਧਰਤੀ ਦਾ ਗੁਰੂ ਜੀ ਦਾ ਸਮਾਜ ਦਾ ਨੁਕਸਾਨ ਕਰ ਰਹੀ ਹੈ ਸਰਕਾਰੀ ਸਾਰੀ ਸੰਗਤ ਇਹਨਾਂ ਦੀ ਧਰਤੀ ਹੈ ਇੱਥੇ ਬਲੀ ਜਰਗਰ ਸਾਡਾ ਵੀਰ ਆਇਆ ਹੈ ਬਜ਼ੁਰਗਾਂ ਦਾ ਉਤਸ਼ਾਹ ਹੈ ਭਰਾ ਦਾ ਆਪਣੀ ਟੀਮ ਦੇ ਨਾਲ ਪੁੱਜੇ ਨੇ ਬਲੀ ਜਰਗਰ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਦਿੱਲੀ ਗ੍ਰਾਈਆਂ ਦੇ ਵਿੱਚੋਂ ਸਰਕਾਰ ਖੇਡਾਂ ਨੂੰ ਪ੍ਰਮੋਟ ਕਰਨ ਲਈ ਜਿਵੇਂ ਤੁਸੀਂ ਵੇਖਿਆ ਇਹ ਵੀ ਲੱਗੀ ਹੋਈ ਹੈ ਤੇ ਅੱਗੇ ਵੀ ਅਸੀਂ ਜਿੱਥੇ ਹੱਲਾਸ਼ੇਰੀ ਦੇਣੀ ਹੈ ਜੋ ਆਪਦਾ ਯੋਗਦਾਨ ਅਸੀਂ ਪਾ ਸਕਦੇ ਹਾਂ ਚਾਹੀਦਾ ਤੇ ਵੱਧ ਤੋਂ ਵੱਧ ਪੰਜਾਬ ਦਾ ਜਿਹੜਾ ਜੇ ਨਸ਼ਿਆਂ ਦੀ ਦਲਦਲ ਚੋਂ ਕੱਢਣਾ ਹੈ ਤੇ ਉਹਨਾਂ ਨੂੰ ਰੁਜ਼ਗਾਰ ਤੇ ਖੇਡਾਂ ਵੱਲ ਵੀ ਜੋੜਨਾ ਪੈਣਾ ਉਸ ਲਈ ਲੱਗੇ ਹੋਏ ਹਾਂ ਜੀਰੇ ਦੀ ਸ਼ਰਾਬ ਤਾਂ ਫੈਕਟਰੀ ਬੰਦ ਕਰ ਦਿੱਤੀ ਗਈ ਹੈ ਜਿੱਥੇ ਲੋਕਾਂ ਦਾ ਫਤਵਾ ਜਿੱਥੇ ਲੋਕਾਂ ਦੀ ਲੋਕ ਜਿਸ ਗੱਲ ਦੇ ਲੋਕ ਸਹਿਮਤ ਨੇ 100% ਜਿਹੜੀ ਸਰਕਾਰ ਆ ਉਹਦੀ ਜਾਂਚ ਪੜਤਾਲ